ਮਾਲਕ ਸਾਹਿਬ ਇਹ ਦੱਸੋ ਕਿ ਤੁਸੀਂ ਕਦੇ ਛੋਲੇ ਚੱਬੇ ਨੇ ਜਾ ਜਾ ਖਾਂਦੇ ਆ ਰਹਿਦਾ ਮਹਿੰਗਾਈ ਤੇ ਛੋਲੇ ਨੱਕਰਾ ਚੱਬਣੇ ਪੈ ਰਹੇ ਨੇ ਗਰੀਬ ਆਬਾਦ ਇਹ ਸਿਸਟਮ ਕਿਦੂ ਰੁਕੇ ਇਹ ਸਿਸਟਮ ਜੀ ਰੁਕਣਾ ਚਾਹੀਦਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਗੱਲ ਦੱਸੀਏ ਕਿਤਨੇ ਜ਼ਿਆਦਾ ਮਹਿੰਗਾਈ ਹੋਈ ਹੈ ਕਿ ਬੰਦੇ ਦੀ ਸੋਚ ਤੋਂ ਹੀ ਜ਼ਿਆਦਾ ਹੈ ਆਮ ਬੰਦਾ ਬਹੁਤ ਜ਼ਿਆਦਾ ਪਰੇਸ਼ਾਨ ਹੈ ਗਰੀਬ ਬੰਦੇ ਦੀ ਇਹ ਅਦਾ ਕੋਈ ਹਾਲਾਤ ਜਿਸ ਬੰਦੇ ਨੇ 18 ਤੋਂ 20000 ਰੁਪਏ ਜਾਂ 25000 ਰੁਪਏ ਕਮਾਣਾ ਹੈ ਉਹ ਕਿਸ ਤਰ੍ਹਾਂ ਉਹ ਆਪਣਾ ਗੁਜ਼ਾਰਾ ਕਰੇ ਦਾ ਬਿਜਲੀ ਦੇ ਬਿੱਲ ਤੁਸੀਂ ਦੇਖ ਲਓ ਸੂਈ ਗੈਸ ਦਾ ਤੁਸੀਂ ਦੇਖ ਲਓ ਹੌਣ ਆਸਤਾ ਆਸਤਾ ਬੰਦੇ ਜਿਹੜੇ ਨਾ ਵਾਪਸੀ ਦੇ ਦੋ ਜਿਹੜੇ ਪੁਰਾਣੇ ਜ਼ਮਾਨੇ ਉਸ ਉਹਨਾਂ ਦੌਰਾਂ ਵਿੱਚ ਜਾ ਰਹੇ ਨੇ ਹੁਣ ਸਿਲੰਡਰ ਨੂੰ ਛੱਡ ਕੇ ਤੇ ਲੋਕਾਂ ਨੇ ਆਪਣਾ ਇੱਕ ਜ਼ਿਹਨ ਬਣਾ ਲਿਆ ਜੀ ਅਸੀਂ ਹੁਣ ਲੱਕੜੀਆਂ ਬਾਲ ਲੀਆਂ ਸ਼ੁਰੂ ਕਰ ਲਓ ਇਹ ਵਾਮ ਹੁਕਮਰਾਨ ਸਾਨੂੰ ਸਹੂਲਤਾ ਦੇਣੇ ਦੇ ਬਚਾਏ ਜਿਹੜੀਆਂ ਸਹੂਲਤਾ ਐ ਜਾਂ ਇਹ ਮਹਿੰਗਾਈ ਦੇ ਕੇ ਸਾਡੇ ਕੋਲੋਂ ਲੈ ਲੈਣ ਇਟਲੀ ਜਾਣ ਵਾਲੇ ਨੌਜਵਾਨ ਉਹਨਾਂ ਨੂੰ ਕੀ مشورہ ਦਿਓ ਦੇ ਨਿਕਲ ਤਰੀਕੇ ਨਾਲ ਇਨਸਾਸ ਸੀਜ਼ਨਲ ਵੀਜ਼ੇ ਖੁੱਲ ਦੇਣਾ ਉਹ ਤਕਰੀਬਨ ਸਾਲ ਵਿੱਚ ਇੱਕ ਦਫਾ ਵੀਜ਼ਾ ਜਿਹੜਾ ਨਾ ਉਹ ਇਟਾਲੀਅਨ ਗਵਰਨਮੈਂਟ ਜਿਹੜੀ ਹੈ ਉਹ ਓਪਨ ਕਰਦੀ ਹੈ ਉਹ ਮੇਰੇ خیال ਵੀ ਸਭ ਤੋਂ ਅਗਰ ਕ ਬੰਦੇ ਦੇ ਵਾਸਤੇ ਬੈਸਟ ਹੈ ਤੇ ਉਹ ਹੀ ਤਰੀਕਾ ਹੈ ਬਾਕੀ ਦਾ ਸਭ ਦੋ ਨੰਬਰ ਹੈ ਇਹਦੇ ਤੁਹਾਨੂੰ ਜਾਣਦਾ ਵੀ ਹੈ ਇਹ ਇੱਕ ਰਿਸਕ ਹੀ ਲੈਣਾ ਜੇ ਇਹਦੇ ਕੋਈ 100% ਨਹੀਂ ਹੁੰਦਾ ਵੀ ਤੇ ਬਿਹਤਰ ਤੇ ਇਹ ਹੁੰਦਾ ਕਿ ਕਲੀਗਰ ਤਰੀਕੇ ਨਾਲ ਜਾਓ ਮੈਂ ਹੁਦ ਵੀ ਜਿਹੜਾ ਹੈ ਵੀਜ਼ਾ ਵੀਜ਼ੇ ਤੇ ਮੈਂ ਗਿਆ ਜੇ ਤੇ ਬਸ ਅੱਲਾਹ ਜ਼ਾਤ ਨੇ ਉੱਥੇ ਕਰਮ ਕੀਤਾ ਫਿਰ ਪੇਪਰਸ਼ਿਪ ਪਰ ਬਣ ਗਏ ਤੋਇ ਕੋਸ਼ਿਸ਼ੇ ਹੀ ਕਰਨੀ ਚਾਹੀਦੀ ਟਾਈਮ ਤਾਂ ਲੱਗਦਾ ਲੇਕਿਨ ਇਹ ਬਾਏ ਇਹ ਨਹੀਂ ਜਾਣਾ ਚਾਹੀਦਾ ਜਿਹੜਾ ਲੀਗਲ ਤਰੀਕੇ ਦਾ